ਅਸਲਾਮ ਵਾਲੇਕਮ ਜੀ, ਤੁਸੀਂ ਦੇ ਰਹੇ ਹੋ ਤੁਹਾਡਾ ਦੇਸ਼ ਪੰਜਾਬ ਟੀ ਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਰਮਜ਼ਾਨ। ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਅਤੇ ਨਾਲ ਹੀ ਕੰਟੀ 'ਤੇ ਬਟਨ ਦਬਾਓ, ਕਹਿੰਦਾ ਆਉਣ ਵਾਲੀ ਨੋਟੀਫਿਕੇਸ਼ਨ ਮੇਰੇ ਦੋਸਤਾਂ ਦੇ ਵੀਰਾਂ ਤੀਕਰ ਪਹੁੰਚੇ ਔਰ ਤੁਸੀਂ ਦੇਖੋ ਸਭ ਤੋਂ ਪਹਿਲੇ ਡੇਲੀ ਦੀ ਨਿਊਜ਼ ਅੱਛੇ ਔਰ ਖੂਬਸੂਰਤ ਜਾਨਵਰ ਤੁਹਾਡਾ ਦੇਸ਼ ਪੰਜਾਬ ਟੀ ਵੀ ਤੁਹਾਡੇ ਵੀਰਾਂ ਨੇ ਲੈ ਕੇ ਆਜ਼ਮ ਹੈ। ਅੱਜ ਵੀ ਆਪਣੇ ਵੀਰਾਂ ਵਾਸਤੇ ਮਾਸ਼ਾਅੱਲਾ ਜਰਸੀ ਕਰਾਸ ਚੋਲਸਤਾਨੀ ਅਤੇ ਜਰਸੀ ਕਰਾਸ ਦੀ ਗਾਂ ਦੀ ਵੀਡੀਓ ਲੈ ਕੇ ਆਜ਼ਮ ਰਹੇ ਹਾਂ। ਮਾਸ਼ਾਅੱਲਾ ਥਣ ਚੱਡਾ ਬੜਾ ਖੂਬਸੂਰਤ ਹੈ, ਸਿਰੋ ਕੋਨੀ ਹੈ ਔਰ ਕੱਦ ਕਾਠ ਮਾਸ਼ਾਅੱਲਾ ਬੈਠਦਾ ਮੇਰੇ ਦੋਸਤਾਂ ਵੀਰਾਂ ਦੇ ਸਾਹਮਣੇ। ਮਾਸ਼ਾਅੱਲਾ ਬੜਾ ਖੂਬਸੂਰਤ ਜਾਨਵਰ ਹੈ ਔਰ ਸਾਫ਼ ਸੁਥਰਾ ਜਾਨਵਰ ਹੈ ਔਰ ਦੋਸਤਾਂ ਵੀਰਾਂ ਦੀ ਨਜ਼ਰ ਹੈ। ਮਾਸ਼ਾਅੱਲਾ ਥਣ ਮਾਸ਼ਾਅੱਲਾ ਬੜਾ ਖੂਬਸੂਰਤ ਲੱਗਿਆ ਬੈਠਣ ਨੂੰ ਔਰ ਮਾਸ਼ਾਅੱਲਾ ਸੋਹਣਾ ਥਣ ਚੱਡਾ ਔਰ ਕੱਦ ਕਾਠ ਮਾਸ਼ਾਅੱਲਾ ਬੈਠਦਾ ਪੂਰਾ ਸੂਰਾ ਮਾਸ਼ਾਅੱਲਾ ਖੂਬਸੂਰਤ ਔਰ ਲੈਣੇ ਦੇਣੇ ਮੁਕੱਦਰ ਨੇ ਤੁਹਾਡਾ ਦੇਸ਼ ਪੰਜਾਬ ਟੀ ਵੀ ਤੁਹਾਡੇ ਵੀਰਾਂ ਲਈ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਹਾਜ਼ਰ ਹੁੰਦਾ। ਅੱਜ ਵੀ ਆਪਣੇ ਵੀਰਾਂ ਵਾਸਤੇ ਮਾਸ਼ਾਅੱਲਾ ਜਰਸੀ ਅਤੇ ਚੋਲਸਤਾਨੀ ਕਰਾਸ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਮਾਸ਼ਾਅੱਲਾ, ਜਿਹੜੀ ਕਿ ਮੇਰੇ ਕੈਮਰੇ ਦੀ ਨਜ਼ਰ ਹੈ ਮਾਸ਼ਾਅੱਲਾ। ਬਾਕੀ ਸਾਰੀ ਗੱਲਬਾਤ ਭਾਈ ਦੇ ਨਾਲ ਕਰ ਲਾਂਗੇ ਜੋ ਇਹਦਾ ਹਿਸਾਬ ਕਿਤਾਬ ਹੈ, ਫਾਈਨਲ ਜੀ ਪ੍ਰਾਈਸ ਔਰ ਮੁਹੱਬਤ ਪਿਆਰ ਵਾਲੀ ਇਨਸ਼ਾਅੱਲਾ ਇਹਦੇ ਰੇਟ ਹੋਵੇਗਾ ਔਰ ਜ਼ਿਆਦਾ ਇਨਸ਼ਾਅੱਲਾ ਰੇਟ ਨਹੀਂ ਹੋਏਗਾ ਇਨਸ਼ਾਅੱਲਾ ਜਾਨਵਰ ਦਾ। ਭਾਈ ਜਾਨ ਥੋੜ੍ਹਾ ਛੱਡ ਕੇ ਟੋਰਿਆ ਜੋ, ਮਗਰ ਆਹ ਵੱਛੀ ਭੈਣ ਇਹ ਮਗਰ ਵੱਛੀ ਮਾਸ਼ਾਅੱਲਾ ਜੀ ਖੂਬਸੂਰਤ ਮਾਸ਼ਾਅੱਲਾ ਚੋਲਸਤਾਨੀ ਅਤੇ ਜਰਸੀ 'ਚ ਕਰਾ ਸੀ ਵੱਛੀ ਮਾਸ਼ਾਅੱਲਾ। ਕੱਲ੍ਹ ਸੂਈ ਹੈ ਪਾਈ ਜਾਂਦੇ ਨੇ, ਤਾਜ਼ਾ ਸੂਈ, ਕਿੰਨਾ ਦੇ ਥੱਲੇ ਦੁੱਧ ਹੈ, ਕੀ ਇਹਦਾ ਹਿਸਾਬ ਕਿਤਾਬ ਹੈ, ਉਹ ਸਾਰੀਆਂ ਗੱਲਾਂ ਭਾਈ ਦੇ ਨਾਲ ਹੋ ਜਾਂਦੀਆਂ ਨੇ, ਹਵਾਨੇ ਦੀਆਂ ਕੰਨੀਆਂ ਨੇ ਤਸਲੀਆਂ। ਮਾਸ਼ਾਅੱਲਾ ਰੰਗ ਰੂਪ ਮਾਸ਼ਾਅੱਲਾ ਬੈਠਦਾ ਬੜਾ ਖੂਬਸੂਰਤ ਹੈ ਔਰ ਜਰਸੀ ਅਤੇ ਚੋਲਸਤਾਨੀ ਕਰਾਸ ਹੈ, ਸਿਰੋ ਕੋਨੀ ਹੈ ਔਰ ਸੀਲ ਸਾਊ ਜਾਨਵਰ ਹੈ ਔਰ ਦੋਸਤਾਂ ਵੀਰਾਂ ਦੀ ਨਜ਼ਰ ਹੈ ਮਾਸ਼ਾਅੱਲਾ। ਤੁਹਾਡਾ ਦੇਸ਼ ਪੰਜਾਬ ਟੀ ਵੀ ਦੀ ਕੋਸ਼ਿਸ਼ ਹੁੰਦੀ ਹੈ ਵੀਰਾਂ ਲਈ ਅੱਛੇ ਅਤੇ ਖੂਬਸੂਰਤ ਜਾਨਵਰ ਲੈ ਕੇ ਆਦਰ ਹੋਏ। ਮਾਸ਼ਾਅੱਲਾ ਹਵਾਨਾ ਥੱਬੇ ਦਾ ਹਵਾਨਾ ਮਾਸ਼ਾਅੱਲਾ ਬੈਠਦਾ। ਇਸ ਟਾਈਮ ਹੋਇਆ 11 ਵਜੇ ਸੁਬਹ ਦੀ ਚੁਆਈ ਹੋ ਚੁੱਕੀ ਹੈ, ਅਸੀਂ ਪਹੁੰਚੇ ਹਾਂ ਭਾਈ ਕੋਲ, ਉਹਨੇ ਆਖਿਆ ਵੀਡੀਓ ਸ਼ਾਮ ਨੂੰ ਭਾਈ ਰਮਜ਼ਾਨ ਪਾ ਲਿਆ ਜੀ, ਮੈਂ ਕਿਹਾ ਨਹੀਂ ਭਾਈ ਜਾਨ, ਜਿਸ ਤਰ੍ਹਾਂ ਖੜੀ ਉਸੇ ਤਰ੍ਹਾਂ ਦੀ ਆਪਾਂ ਵੀਡੀਓ ਪਾਣੀ ਹੈ, ਬਾਕੀ ਜਿਹੜਾ ਦੁੱਧ ਦੁੱਧ ਹੈ ਉਹ ਅਗਰ ਕਿਸੇ ਦੋਸਤ ਨੂੰ ਪਸੰਦ ਆਉਂਦੀ ਤਾਂ ਉਹਨੂੰ ਆਪਾਂ ਚੁਆ ਦਿਆਂਗੇ ਇਨਸ਼ਾਅੱਲਾ। ਥਣ ਮਾਸ਼ਾਅੱਲਾ ਵੇਖਣਾ, ਪੂਰੀ ਮੁੜ ਮੁੜ ਦਾ ਥਣ ਹੈ, ਸੋਹਣਾ ਥਣ ਲੱਗਿਆ ਮਾਸ਼ਾਅੱਲਾ ਬੈਠ ਨੂੰ। ਮਾਸ਼ਾਅੱਲਾ ਚਾਰੇ ਥਣ ਮਾਸ਼ਾਅੱਲਾ ਸੋਹਣੇ ਸੁਥਰੇ ਜਾਨਵਰ ਨੂੰ ਲੱਗੇ ਹੋਏ ਨੇ ਔਰ ਦੋਸਤਾਂ ਵੀਰਾਂ ਦੀ ਨਜ਼ਰ ਹੈ। ਮਾਸ਼ਾਅੱਲਾ ਕੱਦ ਕਾਠ ਵੀ ਬੈਠਦਾ ਮੇਰੇ ਦੋਸਤਾਂ ਵੀਰਾਂ ਦੀ ਨਜ਼ਰ ਹੈ। ਮਾਸ਼ਾਅੱਲਾ ਖੂਬਸੂਰਤ ਹੈ, ਕੱਲ੍ਹ ਸੂਈ ਹੈ ਔਰ ਕਿਨਵੀਂ ਦੀ ਚਵਾਈ ਹੋ ਰਹੀ ਹੈ, ਉਹ ਆਪਾਂ ਸਾਰੀਆਂ ਗੱਲਾਂ ਬਾਤਾਂ ਭਾਈ ਨਾਲ ਪੁੱਛ ਲੈਂਦੇ ਹਾਂ ਔਰ ਇਨਸ਼ਾਅੱਲਾ ਤਸੱਲੀ ਜਾਨਵਰ ਦੀ ਕਰ ਲੈਂਦੇ ਹਾਂ। ਖੋਰ ਖੂਰ ਸਾਰਾ ਮਾਸ਼ਾਅੱਲਾ, ਲੱਤ ਲੁੱਤ ਮਾਸ਼ਾਅੱਲਾ ਖੂਬਸੂਰਤ, ਮੋਟੀਆਂ ਲੱਤਾਂ ਔਰ ਖੂਨ ਪੇਤ ਵਾਲੀ ਹੈ ਮਾਸ਼ਾਅੱਲਾ। ਬਾਕੀ ਜਾਨਵਰ ਤਾਜ਼ਾ ਸੋਇਆ, ਥੋੜ੍ਹਾ ਜਿਹਾ ਸੁਆ ਸੁਣਦੀ ਹੈ ਅਤੇ ਥੋੜ੍ਹਾ ਜਿਹਾ ਇੱਕ ਵਾਰੀ ਢਲ ਜਾਂਦੀ ਹੈ, ਬਾਅਦ 'ਚ ਇਨਸ਼ਾਅੱਲਾ ਆਪਦੇ ਜੋਬਨ 'ਤੇ ਇਨਸ਼ਾਅੱਲਾ ਦਿਨੋਂ ਬਦ ਦਿਨ ਆਏਗੀ ਔਰ ਇਨਸ਼ਾਅੱਲਾ ਤਾਲਾ ਦੁੱਧ ਪਾਈ ਜਾਂਦਾ। ਮਾਸ਼ਾਅੱਲਾ ਸੋਹਣਾ ਕਰਦੀ ਰਹੀ ਪਿਛਲੇ ਸੂਏ ਵੀ ਰਮਜ਼ਾਨ ਪਾਈ, ਐਰਕੀ ਵੀ ਇਨਸ਼ਾਅੱਲਾ ਤਾਲਾ ਜਿੰਨਾ ਦੱਸਾਂਗੇ ਓਨਾ ਕਰੇਗੀ ਮਾਸ਼ਾਅੱਲਾ। ਬੰਦ ਬੈਠ ਦੀਆਂ ਕਰਦੀਆਂ ਤਸੱਲੀਆਂ ਮੇਰੇ ਦੋਸਤਾਂ ਮੇਰੇ, ਇਹ ਮਾਸ਼ਾਅੱਲਾ ਮਗਰ ਵੱਛੀ ਹੈ, ਨਾੜੂਆ ਨਾਲ ਖੜਾ ਮੇਰੇ ਦੋਸਤ ਨੂੰ ਦੇਖ ਲੈਣ ਮਾਸ਼ਾਅੱਲਾ ਕਿੰਨਵੀਂ ਚੁਆਈ, ਉਹ ਸਾਰੀ ਗੱਲਬਾਤ ਭਾਈ ਨਾਲ ਕਰ ਲੈਂਦੇ। ਅਸਲਾਮ ਵਾਲੇਕਮ ਭਾਈ ਜਾਨ, ਕੀ ਹਾਲ ਚਾਲ ਜੀ? ਭਾਈ ਜਾਨ ਕੀ ਨਾਮ ਹੈ ਆਪਣਾ? ਅਰਸ਼ਾਦ ਅਹਿਮਦ ਭਾਈ। ਅਰਸ਼ਾਦ ਅਹਿਮਦ ਭਾਈ, ਅਰਸ਼ਾਦ ਅਹਿਮਦ ਦੀ ਕਿੰਨਵਾਂ ਸੂਆ ਸੂਈ ਆਪਣੀ ਵੈਲ? ਤੀਸਰਾ ਜੀ। ਪੱਕਾ ਤੀਸਰਾ ਸੂਈ? ਅੱਛਾ ਜੀ, ਤੇ ਭਾਈ ਅਰਸ਼ਾਦ ਅਹਿਮਦ ਦੇ ਮੂੰਹ ਪੂਰੀ ਪੂਰੀ ਛਿੱਗੀ ਹੈ ਕਿ ਆਪਣਾ? ਛਿੱਗੀ ਛਿੱਗੀ ਛਿੱਗੀ, ਜੋ ਤੀਸਰਾ ਸੂਆ ਛਿੱਗਾ ਤਾਂ ਪਸ ਹੋ ਜਾਂਦਾ। ਅੱਛਾ ਜੀ, ਤੇ ਭਾਈ ਜਾਨ ਇਹ ਮੈਨੂੰ ਦੱਸਣਾ ਹੈ ਕਿ ਪਿਛਲੇ ਸੂਏ ਕਿੰਨਾ ਦੁੱਧ ਕਰਦੀ ਰਹੀ? ਮੇਰੇ ਸੂਏ ਕਰਦੀ 18-19 18-19 ਕਰਦੀ 18-19 ਕਰਦੀ ਇਹ ਕਰਦੀ ਤੇ ਹਾਂ ਜੀ। ਭਾਈ ਅਰਸ਼ਾਦ ਇਹ ਦੱਸਣਾ ਹੈ ਕਿ ਮਾਸ਼ਾਅੱਲਾ ਇਸ ਟਾਈਮ ਹਾਜ਼ਰ ਮੁੱਕ ਕਿੰਨੀਆਂ ਚੁਆਈਆਂ ਹੋ ਗਈਆਂ ਨੇ ਆਪਣੇ? ਕੱਲ੍ਹ ਚੁਆਈ ਤੇ ਇੱਕ, ਰਾਤੀ ਚੁਆਈ ਕੀਤੀ ਹੈ, ਇੱਕ ਸੁਬਹ ਕੀਤੀ ਹੈ। ਦੋ ਦੋ
ਤੇ ਸ਼ਾਮ ਨੂੰ ਤੀਜੀ ਹੋਣੀ। ਸ਼ਾਮ ਨੂੰ ਤੀਜੀ ਤੇ ਕਿੰਨਾ ਕਿੰਨਾ ਮਾਸ਼ਾਅੱਲਾ ਗੋਲਾ ਕੱਢੀ ਜਾਂਦੀ ਇਹ ਦੁੱਧ ਜੀ 13 ਲੀਟਰ 13 ਲੀਟਰ ਪੱਕੀ ਗੱਲ ਲੋਹੇ ਰੰਗੀ ਲੋਹੇ ਰੰਗੀ ਠੀਕ ਹੋ ਗਿਆ। ਤੇ ਭਾਈ ਇਰਸ਼ਾਦ ਇਹ ਦੱਸਣਾ ਕਿ ਭਾਈ ਜਾਨ ਨੇ ਪਿਆਰ ਮੁਹੱਬਤ ਵਾਲਾ ਰੇਟ ਕਰਨਾ, ਜ਼ਿਆਦਾ ਰੇਟ ਨਹੀਂ, ਫਜ਼ੂਲ ਮੰਗਣਾ ਨਾ, ਫਜ਼ੂਲ ਲੱਭਣਾ ਵੀ ਨਹੀਂ ਹੁੰਦਾ। ਤੇ ਮੈਂ ਫਜ਼ੂਲ ਗੱਲ ਕੀਤੀ ਨਾ, ਫਜ਼ੂਲ ਹੀ ਹੁੰਦੀ ਹੈ ਗੱਲ ਹੋਣੀ ਚਾਹੀਦੀ ਪਾਏਦਾਰ, ਅਤੇ ਇੱਕ ਗੱਲ ਹੋਣੀ ਚਾਹੀਦੀ ਇਨਸਾਨ ਦੀ, ਕਿਉਂਕਿ ਉਹ ਤੁਹਾਨੂੰ ਵੀ ਪਤਾ ਜਿਹੜੇ ਭਰਾ ਆਪਣੇ ਬੈਠੇ ਨੇ ਬਾਹਰ ਓਵਰਸੀਜ਼ ਨੇ, ਬਾਹਰਲੇ ਮੁਲਕ 'ਚ ਬੈਠੇ ਨੇ, ਆਪਣੇ ਕੋਲ ਜਾਨਵਰ ਖਰੀਦਦੇ ਨੇ, ਉਹ ਉਹਨਾਂ ਦੀ ਸਮਝ ਦੇ ਵਿੱਚ ਗੱਲ ਆ ਜਾਵੇ। ਉਹ ਮੈਨੂੰ ਇਹ ਨਾ ਕਰ ਰਮਜ਼ਾਨ ਭਾਈ ਤੁਸੀਂ ਰੇਟ ਕੀ ਕਰਵਾ ਦਿੱਤਾ, ਜਾਨਵਰ ਦੀ ਤਰੀਫਾਂ ਕਰਦੇ ਰਹੇ, ਰੇਟ ਵੀ ਉਹਨੇ ਨਾਲ ਹੀ ਚੱਕ ਦਿੱਤਾ। ਬਾ ਮੁਨਾਸਬ ਵੀ ਮੇਰੇ ਭਰਾ ਨੇ ਕਰਨਾ ਭਾਈ, 2,20,000 ਰੁਪਈਆ, 2,20,000 ਰੁਪਈਆ, ਅਤੇ 2,20,000 ਦੇ ਵਿੱਚ ਲਾਡ ਪਿਆਰ ਹੋ ਜਾਏਗਾ ਵੈਸੇ। ਚਲੋ ਮਿਹਰਬਾਨੀ ਭਰਾ ਦੀ। ਤੇ ਜਿਹੜਾ ਦੁੱਧ ਇਨਸ਼ਾਅੱਲਾ ਆਪਾਂ ਇਸ ਟਾਈਮ ਕਿਹੜਾ ਤੁਸੀਂ ਚੋਈ ਜਾਂਦੇ 13 ਲੀਟਰ ਚੋਈ ਜਾਂਦੇ ਜੀ, ਬਿਲਕੁਲ 13 ਲੀਟਰ ਚੋ ਕੇ ਵਿਖਣ, ਪਿਛਲੇ ਸੂਏ ਮਾਝ 18-19 ਲੀਟਰ 18-19 ਗੜਵੇਂ ਦੁੱਧ ਹੀ ਵਧਦੀ ਨਹੀਂ। ਮਾਸ਼ਾਅੱਲਾ ਜੀ, ਹਾਂ ਘਰ ਦੀ ਗਾਂ, ਘਰ ਦੀ ਗਾਂ, ਠੀਕ ਹੋ। ਮਾਸ਼ਾਅੱਲਾ ਜੀ, ਜਾਨਵਰ ਬੜਾ ਖੂਬਸੂਰਤ ਹੈ, ਕੱਦ ਕਾਠ ਮਾਸ਼ਾਅੱਲਾ ਵੈੜ ਦਾ ਦੇਖਣਾ ਹੈ, ਔਰ ਥਣ ਵੇਖਣਾ ਹੈ, ਵਾਨਾ ਦੇਖਣਾ ਹੈ, ਮਾਸ਼ਾਅੱਲਾ ਜਰਸੀ ਦੇ ਵਿੱਚ ਕਰਾਸ ਹੈ, ਸੋਹਣੀ ਸੁਥਰੀ ਹੈ। 2,20,000 ਰੁਪਈਆ ਦੇ ਪੈਸੇ ਨੇ, ਜਿਹਦੇ ਪਿਆਰ ਮੁਹੱਬਤ ਮੌਕੇ 'ਤੇ ਜ਼ਰੂਰ ਹੋ ਜਾਏਗਾ। ਇਹਦੀ ਹੁਣ ਤੀਸਰੀ ਚੁਆਈ ਸ਼ਾਮ ਨੂੰ ਆਉਣੀ ਹੈ, 2 ਚੁਆਈਆਂ ਮਾਸ਼ਾਅੱਲਾ ਭਰਾ ਨੇ ਕਰ ਲਈਆਂ ਨੇ, 13 ਲੀਟਰ ਬੋਲਾ ਕੱਢੀ ਜਾਂਦੇ ਨੇ ਮਗਰ ਵੱਛੀ ਹੈ। ਔਰ ਸਾਡਾ ਵਟਸਐਪ ਨੰਬਰ ਹੈ 0308-4970-147, ਸਾਡਾ ਵਟਸਐਪ ਨੰਬਰ ਹੈ, ਰਾਬਤਾ ਨੰਬਰ ਹੈ। ਅਗਰ ਕਿਸੇ ਦੋਸਤ ਵੀਰ ਨੂੰ ਪਸੰਦ ਆਉਂਦੀ ਹੈ ਉਹ ਸਾਡੇ ਨਾਲ ਰਾਬਤਾ ਕਰ ਸਕਦਾ ਜੀ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।